ਹੁਣ ਅਸੀਂ ਆਨੇ ਅਖੀਰਲੇ ਕਾਲਰ ਵੱਲ। ਹੈਲੋ 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 ਭਾਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ? ਠੀਕ ਠਾਕ ਬਿਲਕੁਲ ਠੀਕ ਹੈ ਜੀ। ਹਾਂਜੀ ਹਾਂਜੀ ਭਾਜੀ, ਮੈਂ ਆਪਣੇ ਦੋਸਤ ਬਾਰੇ ਸਲਾਹ ਪੁੱਛਣੀ ਸੀਗੀ। ਹਾਂਜੀ, ਉਹ ਆਪਣੇ 1 ਸਾਲ ਪਹਿਲਾਂ ਫੜ ਹੋ ਗਿਆ ਸੀਗਾ। ਹਾਂ, ਤੇ ਉਹਨਾਂ ਨੂੰ ਸੈਨਾ ਦੇ ਲਾਤਾ ਸੀਗਾ। ਠੀਕ ਆ, ਤਾਂ ਸੈਨਿਕਾਂ ਨੂੰ ਗਿਆ ਨਹੀਂ। ਹਾਂ, ਤੇ ਹੁਣ ਉਹ ਦੂਸਰੀ ਵਾਰੀ ਫੇਰ ਫੜ ਹੋ ਗਿਆ ਕੱਲ। ਹਾਂ, ਤੇ ਉਹਨੇ ਛੱਡ ਦਿੱਤਾ। ਚਲੋ ਫੇਰ ਲੱਕੀ ਰਿਹਾ। ਹਾਂਜੀ, ਛੱਡ ਤਾਂ ਉਹ ਕਹਿੰਦੇ ਵੀ ਹੁਣ ਤੈਨੂੰ ਮੁੜ ਕੇ ਫੇਰ ਸੈਨਿਕਾਂ ਨੇ ਪੈਣੇ ਆ। ਹਾਂ, ਤੇ ਜੇ ਤੂੰ ਨਾ ਕੀਤੇ ਵੀ ਜੇ ਤੈਨੂੰ ਤੀਜੀ ਵਾਰੀ ਫੜਿਆ ਫੇਰ ਤੈਨੂੰ ਛੱਡਣਾ ਨਹੀਂ। ਹਾਂ, ਬਿਲਕੁਲ ਸਹੀ ਕਹਿੰਦੇ ਆ। ਹਾਂਜੀ, ਤੇ ਹੁਣ ਉਹ ਪੁੱਛਣਾ ਚਾਹੁੰਦੇ ਵੀ ਉਹ ਸੈਨ ਕਰਨ ਜਾਣਾ ਚਾਹੀਦਾ ਕਿੱਦਾਂ ਕਰੇ। ਦੇਖੋ, ਸੈਨ ਕਰਨ ਦਾ ਮਤਲਬ ਇੱਕੋ ਹੀ ਹੁੰਦਾ ਹੈ, ਨਿਗਾਹ ਤੁਹਾਡੇ ਤੇ ਰੱਖਦੇ ਆ। ਹਾਂਜੀ, ਤੁਹਾਡੀ ਇਨਕੁਆਇਰੀ ਕਰਦੇ ਆ, ਤੁਹਾਨੂੰ ਭੇਜਣ ਦੇ ਚੱਕਰ 'ਚ ਹੁੰਦੇ ਆ। ਅੱਛਾ ਜੀ, ਬਾਕੀ ਫੇਰ ਹੁਣ ਇਹ ਆਪ ਸਿਆਣਾ ਹੈ ਕਿ ਇਹਨੂੰ ਕੀ ਕਰਨਾ ਚਾਹੀਦਾ ਕੀ ਨਹੀਂ। ਹਾਂਜੀ, ਹਾਂ, ਜਿੱਦਾਂ ਹੁਣੇ ਹੁਣੇ ਕੱਲ ਫੜਿਆ ਤੇ ਉਹਨੇ 31 ਤਰੀਕ ਦੇਤੀ ਵੀ 31 ਨੂੰ ਸੈਨ। ਉਹ ਤਾਂ ਦਿੰਦੇ ਹੁਣ, ਤਰੀਕਾ ਤਾਂ ਦੇ ਹੀ ਜਾਂਦੇ ਆ। ਹਾਂਜੀ, ਹਾਂ, ਉਹਨੇ ਕਿਹਾ ਹੋਇਆ ਵੈਸੇ ਵੀ ਨਾ ਹੀ ਜਾਵੇ ਤਾਂ ਫੇਰ ਹੈ ਉਹ। ਹੁਣ ਤੁਹਾਡੀ ਆਪਣੀ ਮਰਜ਼ੀ ਮਹਾਰਾਜ, ਮੈਂ ਨਹੀਂ ਇੱਦਾਂ ਤੁਹਾਨੂੰ ਦੱਸ ਸਕਦਾ। ਅੱਛਾ ਜੀ, ਠੀਕ ਹੈ ਜੀ, ਓਕੇ ਭਾਈ, ਥੈਂਕ ਯੂ। ਓਕੇ ਜੀ, ਓਕੇ, ਹਾਂਜੀ।